लाखों दर्शकों का भरोसेमंद न्यूज चैनल R9 भारत। पूरे पंजाब में कच्चे सफाई कर्मचारी यूनियन के द्वारा कच्चे सफाई कर्मचारियों की ओर से पक्का करने की रोष प्रदर्शन किया। इसके मद्देनजर रखते हुए आज नगरपालिका धूरी मनोज रानी, प्रधान उपाध्यक्ष धर्मपाल, सचिव संजय कुमार, कोषाध्यक्ष अशोक कुमार, सदस्य आसू परवीन सुमित, नगर धूरी नगर निगम के कच्चे कर्मचारियों द्वारा अध्यक्ष मनोज रानी की अध्यक्षता में धरना प्रदर्शन किया। उन्होंने कहा, पिछले समय में कच्चे कर्मचारी को पक्के करने के लिए 52 दिनों तक की हड़ताल की थी, पर उस समय की सरकार ने उन्हें विश्वास दिलाया था कि वे जल्दी उन्हें पक्का कर दिया जाएगा, लेकिन आज तक उन्हें पक्का नहीं किया गया। जब आप सरकार बनी और सरदार भगवंत सिंह मान ने उनसे वादा किया कि उन्हें जल्द ही पक्का कर दिया जाएगा, लेकिन आज तक उन्होंने भी नहीं किया। इसी विरोध के चलते उन्होंने आज भगवंत मान का पुतला फूंका। नरेश सत्री के साथ कैमरामैन अमित गुप्ता, धूरी पंजाब। नाम की है अपना? मैं संजय कुमार जी, सफाई मजदूर यूनियन का जनरल सकत्तर। और भी अहदेदार साहबान खड़े ने, अपने अशोक कुमार खजान जी, वाइस प्रधान धर्मपाल जी, सारे जुझारू साथी खड़े ने जी। तो जिहड़ा अज तुसीं इह मुजाहरा कर रहे हो, इहदा की कारण है जी? जिहड़ा अज मुजाहरा कर रहे हैं असीं, ਇਹ ਮੁਜ਼ਾਹਰਾ ਜੋ ਸਾਡੀ ਪੰਜਾਬ ਦੀ ਲੀਡਰਸ਼ਿਪ ਬੈਠੀ ਉੱਪਰ ਉਹਨਾਂ ਦੇ ਸੱਦੇ 'ਤੇ ਉਹਨਾਂ ਦੀ ਕਾਲ 'ਤੇ ਜੋ ਸਾਨੂੰ ਉਹਨਾਂ ਨੇ ਹੁਕਮ ਹੋਇਆ ਹੈਗਾ ਉਸਦੇ ਅਕੋਰਡਿੰਗ, ਉਸਦੇ ਮੁਤਾਬਿਕ ਵੀ 28 ਅਤੇ 29 ਨੂੰ ਰੋਸ ਮੁਜ਼ਾਹਰੇ ਕਰਨੇ ਨੇ ਅਤੇ ਅਰਥੀ ਫੂਕ ਮੁਜ਼ਾਹਰੇ ਕਰਨੇ, ਤਾਂ ਕਿ ਇਹ ਆਵਾਜ਼ ਸਾਡੀ ਪੰਜਾਬ ਸਰਕਾਰ, ਜਿਹੜੀ ਪੰਜਾਬ ਸਰਕਾਰ ਹੈ ਮੌਕੇ ਦੀ ਆਪ ਝਾੜੂ ਵਾਲੀ, ਇਹ ਸਾਡੀ ਆਵਾਜ਼ ਉੱਥੇ ਤੱਕ ਪਹੁੰਚੇ ਅਤੇ ਜਿਹੜੇ ਸਾਡੇ ਕੱਚੇ ਮੁਲਾਜ਼ਮ ਨੇ ਉਹ ਪੱਕੇ ਕੀਤੇ ਜਾਣ ਅਤੇ ਜੋ ਹੋਰ ਵੀ ਸਮੱਸਿਆ ਉਹਨਾਂ ਦਾ ਹੱਲ ਕੀਤਾ ਜਾਵੇ। ਤੁਹਾਨੂੰ ਹੁਣ ਤੱਕ ਕਿੱਦਾਂ ਦੀਆਂ ਸਮੱਸਿਆ ਆ ਰਹੀਆਂ ਨੇ, ਜਿਵੇਂ ਤੁਸੀਂ ਕੱਚੇ ਮੁਲਾਜ਼ਮ ਦੀ ਗੱਲ ਕੀਤੀ ਹੈ ਅਤੇ ਹੋਰ ਕੋਈ ਸਮੱਸਿਆ ਆ ਰਹੀ ਹੈ ਇਸ ਤੋਂ ਇਲਾਵਾ? ਸਮੱਸਿਆ ਸਰ ਸਾਡੀ ਇਹ ਹੈ ਜੀ, ਸਾਡੀ 52 ਮਿਲ ਕੇ ਆਪਾਂ ਥੋੜ੍ਹੀ ਬੈਕ ਚੱਲੀਏ, ਆਪਾਂ ਬੈਕਗਰਾਊਂਡ ਲੈ ਲਈਏ, ਸਾਡੇ ਪਿੱਛੇ ਜੀ ਮਤਲਬ 52 ਦਿਨ ਸਟ੍ਰਾਈਕ ਕੀਤੀ, ਉਸ ਵੇਲੇ ਸੀ ਕਾਂਗਰਸ, ਚਲੋ ਸਾਡੇ ਲੀਡਰਸ਼ਿਪ ਸੀ ਜੋ ਯੂਨੀਅਨ ਦੀ, ਉਹਨਾਂ ਦੀ ਆਪਸ ਚਲਾਓ ਗੱਲਬਾਤ ਹੋਈ, ਟੇਬਲ ਟਾਕ ਹੋਈ, ਉਹਦੇ ਮੁਤਾਬਕ ਸਾਨੂੰ 2 ਮਹੀਨਾ ਟਾਈਮ ਦਿੱਤਾ ਜਾਏਗਾ, 1 ਮਹੀਨਾ ਟਾਈਮ ਦਿੱਤਾ ਕਿ ਥੋੜ੍ਹਾ ਹੱਲ ਕਰ ਦੇਵਾਂਗੇ, ਬਟ ਕਾਂਗਰਸ ਨੇ ਨਹੀਂ ਕੀਤਾ। ਪਰ ਇਹ ਆਪ ਝਾੜੂ ਵਾਲੀ ਸਰਕਾਰ ਆਈ, ਇਹਨਾਂ ਨੇ ਸਾਡੇ ਨਾਲ ਕਮਿਟਮੈਂਟ ਕੀਤਾ, ਪੂਰੇ ਜਿਹੜੇ ਸਾਡੇ ਮੁਲਾਜ਼ਮ ਨੇ ਪੂਰੇ ਪੰਜਾਬ ਦੇ ਵਿੱਚ, ਮੈਂ ਇਕੱਲੇ ਧੂਰੀ ਦੀ ਗੱਲ ਨਹੀਂ ਕਹਿ ਰਿਹਾ ਹੈਗਾ, ਇਹ ਪੂਰੇ ਪੰਜਾਬ ਦੇ ਵਿੱਚ ਇਹਨਾਂ ਨੇ ਗੱਲਬਾਤ ਕੀਤੀ, ਜਿਹੜੇ ਤੁਹਾਡੇ ਮਿਲ ਕੇ ਕੱਚੇ ਮੁਲਾਜ਼ਮ ਨੇ ਅਸੀਂ ਇਹਨਾਂ ਨੂੰ ਪੱਕਾ ਕਰਾਂਗੇ ਅਤੇ ਜੋ ਹੋਰ ਵੀ ਸਮੱਸਿਆ ਉਹ ਹੱਲ ਕਰਾਂਗੇ। ਜਿਵੇਂ ਤੁਸੀਂ ਪਿਛਲੇ ਸਾਲ 'ਚ ਵੀ 2 ਮਹੀਨੇ ਦੇ ਕਰੀਬ ਸਟ੍ਰਾਈਕ ਕੀਤੀ ਸੀ, ਉਸ ਟਾਈਮ ਵੀ ਤੁਹਾਨੂੰ ਇਹ ਕਿਹਾ ਗਿਆ ਸੀ ਕਿ ਤੁਹਾਡੀਆਂ ਮੰਗਾਂ ਸ਼ਾਇਦ ਮੰਨ ਚੁੱਕੇ ਨੇ, ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਇਹ ਸਰਕਾਰਾਂ ਕੋਈ ਵੀ ਹੁੰਦੀਆਂ ਨੇ ਜੀ, ਇਹ ਸਭ ਪਖੰਡ ਕਰਦੀਆਂ ਨੇ ਜੀ, ਸਾਡੇ ਤੋਂ, ਸਾਡੇ ਮਜ਼ਦੂਰਾਂ ਤੋਂ, ਸਾਡੇ ਸਾਥੀਆਂ ਤੋਂ, ਸਾਡੇ ਕੱਚੇ ਮੁਲਾਜ਼ਮਾਂ ਤੋਂ ਕੰਮ ਲੈਂਦੀਆਂ ਨੇ, ਬਟ ਇੱਕ ਤਰਫਾ ਕਰ ਰਹੀਆਂ ਨੇ, ਇੱਕ ਤਰਫਾ ਚੱਲਦੇ ਸਾਡੇ ਤੋਂ ਕੰਮ ਲੈ ਲਿਆ, ਲੇਕਿਨ ਉਹ ਆਪਣੇ ਵਾਅਦੇ ਤੋਂ ਮੁੱਕਰ ਰਹੇ ਨੇ, ਉਹ ਆਪਣੇ ਵਾਅਦੇ ਤੋਂ ਮੁੱਕਰ ਰਹੇ ਨੇ, ਸਾਡੇ ਤੋਂ ਕੰਮ ਲੈ ਲਿਆ, ਸਾਨੂੰ ਉਹੀ ਲਾਰੇਬਾਜ਼ੀ, ਉਹੀ ਪਖੰਡਬਾਜ਼ੀ, ਹਾਲਾਂਕਿ ਸਾਡੀ ਹੁਣ ਮਤਲਬ ਕਿ ਅਸੀਂ ਬਰਦਾਸ਼ਤ ਤੋਂ ਸਾਡੇ ਬਾਹਰ ਹੋ ਚੁੱਕਿਆ, ਸਾਨੂੰ ਮਜਬੂਰਨ ਸੜਕਾਂ 'ਤੇ ਜਾਂ ਸੰਘਰਸ਼ ਦਾ ਰਾਹ ਅਪਣਾਉਣਾ ਪੈ ਰਿਹਾ, ਇਹ ਅਸੀਂ ਸੰਘਰਸ਼ ਦਾ ਰਾਹ ਨਹੀਂ ਛੱਡਾਂਗੇ, ਅੱਜ ਨਹੀਂ ਕੱਲ੍ਹ, ਕੱਲ੍ਹ ਨਹੀਂ ਪਰਸੋਂ, ਅਸੀਂ ਜਿੱਤ ਕੇ ਰਹਾਂਗੇ, ਇਹ ਸਾਨੂੰ ਕੋਈ ਰੋਕ ਨਹੀਂ ਸਕਦਾ ਹੈਗਾ।